बुड्ढा दरिया और इसके आसपास सफाई के लिए दैनिक सवेरा द्वारा अब शहर में हस्ताक्षर अभियान चलाया जाएगा दैनिक सवेरा टाइम्स के शब्द अभियान से शहर की सामाजिक संस्थाएं जुड़ने लगी हैं। जल्द ही इस अभियान को शुरू किया जाएगा इस अभियान में शहर की प्रमुख सामाजिक संस्था हिंदू सिख जागृति सेना आगे आई और उन्होंने हस्ताक्षर अभियान की पूरी जिम्मेदारी ली है हस्ताक्षर अभियान से प्रशासनिक अफसरों और नगर निगम के अफसरों को चेताया जाएगा की अब शहर बुड्ढे नाले की सफाई को लेकर

ਸਤਾਖਸ਼ਰ ਇਸ ਮੋਹਿਮ ਦੇ ਸਮਰਥਨ ਦੇ ਵਿੱਚ ਕਰਵਾ ਕੇ ਦੇਵਾਂਗੇ ਤਾਂ ਕਿ ਜਿਹੜੀ ਸਬੰਧਿਤ ਮਹਿਕਮੇ ਨੇ ਉਹਨਾਂ ਦੇ ਉੱਤੇ ਪੂਰਾ ਦਬਾਅ ਬਣ ਸਕੇ ਔਰ ਆਪਣੀ ਬੰਦੀ ਜ਼ਿੰਮੇਵਾਰੀ ਨੂੰ ਨਿਭਾ ਸਕਣ ਬੁੱਡੇ ਦਰਿਆ ਦਾ ਇਤਿਹਾਸਿਕ ਮਹੱਤਵ ਹੈ ਲੁਧਿਆਣਾ ਸ਼ਹਿਰ ਲਈ ਸਾਡੇ ਬਜ਼ੁਰਗ ਦੱਸਦੇ ਨੇ ਕਿ ਇਹਦਾ ਇੰਨਾ ਪਾਣੀ ਸਾਫ਼ ਸੀਗਾ ਇਹਦੇ ਵਿੱਚ ਧਾਰਮਿਕ ਆਯੋਜਨ ਵੀ ਹੁੰਦੇ ਰਹੇ ਨੇ ਔਰ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਸਥਾਨ ਵੀ ਹੈ ਔਰ ਇਹਦੇ ਤੇ ਇਤਿਹਾਸਿਕ ਗੁਰਦੁਆਰਾ ਵੀ ਬਣਿਆ ਗੁਰਦੁਆਰਾ ਗਾਊ ਘਾਟ ਸਾਡੀ ਸਾਰਿਆਂ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਇਸ ਇਤਿਹਾਸਿਕ ਬੁੱਢੇ ਦਰਿਆ ਨੂੰ ਵਾਪਸ ਇਹਦਾ ਪੁਰਾਣਾ ਜਿਹੜਾ ਗੌਰਵ ਸੀ ਉਹ ਲੁਟਾਈਏ ਔਰ ਮੈਂ ਸ਼ਹਿਰ ਵਾਸੀਆਂ ਨੂੰ ਇਹ ਵੀ ਅਪੀਲ ਕਰਦਾ ਕਿ ਆਪਣੀ ਜ਼ਿੰਮੇਵਾਰੀ ਅਸੀਂ ਪਹਿਲਾਂ ਕਰੀਏ ਸਰਕਾਰ ਨੂੰ ਕੋਈ ਵੀ ਜ਼ਿੰਮੇਵਾਰੀ ਕਹਿਣ ਤੋਂ ਜਿਹੜਾ ਅਸੀਂ ਇਹਦੇ ਵਿੱਚ ਕੂੜਾ ਸਿੱਟਦੇ ਹਾਂ ਅਸੀਂ ਜਾਗਰੂਕ ਬਣੀਏ ਅਸੀਂ ਇਹਨੂੰ ਆਪਣੇ ਤੌਰ ਦੇ ਉੱਤੇ ਕੂੜਾ ਸਿੱਟਣਾ ਬੰਦ ਕਰੀਏ ਕੂੜੇ ਨੂੰ ਉਹਦੀ ਪ੍ਰੋਪਰ ਜਗ੍ਹਾ ਦੇ ਉੱਤੇ ਰੱਖੀਏ ਔਰ ਤਾਂ ਕਿ ਜਿਹੜੇ ਸਬੰਧਿਤ ਵਿਭਾਗ ਨੇ ਉਹ ਕੂੜੇ ਨੂੰ ਪ੍ਰੋਪਰਲੀ ਲੈ ਕੇ ਜਾ ਸਕਣ ਬੁੱਢਾ ਦਰਿਆ ਜਿਸ ਲਈ ਕੂੜਾ ਰਹਿਤ ਹੋਏਗਾ ਤੇ ਸਰਕਾਰ ਦੇ ਉੱਤੇ ਵੀ ਦਬਾਅ ਪੈਗਾ ਉਹਨੂੰ ਆਪਣੀ ਜਿਹੜੀ ਪੋਲੂਸ਼ਨ ਕੰਟਰੋਲ ਵਾਲੀ ਜ਼ਿੰਮੇਵਾਰੀ ਔਰ ਨਿਭਾਣੀ ਪਏਗੀ ਜਿਹੜੀ ਡਾਈਂਗ ਇੰਡਸਟਰੀ ਦਾ ਵੀ ਪਾਣੀ ਇਹਦੇ ਵਿੱਚ ਆ ਰਿਹਾ ਹੈ ਉਹਨਾਂ ਨੂੰ ਵੀ ਅਪੀਲ ਕਰਦਾ ਸਮਾਜ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਉਹਨੂੰ ਕੰਟਰੋਲ ਕਰਨ ਪ੍ਰੋਪਰ ਟ੍ਰੀਟਮੈਂਟ ਪਲਾਂਟ ਚਲਾਉਣ ਕਿਉਂਕਿ ਲੋਕਾਂ ਦੀ ਸਿਹਤ ਤੋਂ ਵੱਧ ਕੁਝ ਵੀ ਨਹੀਂ ਹੈ ਜਿਹੜੇ ਜਾਨਵਰ ਵੀ ਸਤਲੋਈ ਦਰਿਆ ਦੇ ਵਿੱਚ ਨੇ ਉਹਨਾਂ ਦਾ ਜੀਵਨ ਵੀ ਖਤਰੇ 'ਚ ਪੈ ਜਾਂਦਾ ਹੈ ਸਾਡੀ ਸਾਰਿਆਂ ਦੀ ਨਿਲਾਕੀ ਕਰਕੇ ਜਿਹੜਾ ਇਹ ਪਾਣੀ ਦਾ ਸਤਰ ਪਰ ਦੂਸ਼ਣ ਲੈਵਲ ਬਹੁਤ ਵੱਧ ਰਿਹਾ ਇਹ ਸਾਡੀ ਆਉਣ ਵਾਲੀ ਪੀੜ੍ਹੀਆਂ ਲਈ ਵੀ ਖਤਰਨਾਕ ਹੈ